trouve sexy. Je la trouve sexy. Ah, dans ton lexi. Faites le sexy. Hey, Vico. Hey, oui, hey. ਵੱਖਰੇ ਵੱਖਰੇ ਤਰ੍ਹਾਂ ਦੇ ਆ, ਸਾਰਿਆਂ ਦੇ ਆਪਣੇ ਆਪਣੇ ਰੇਟ ਆ ਇਹਨਾਂ ਦੇ। ਕਾਫੀ ਅੱਛਾ, ਕਾਫੀ ਵੱਡਾ ਗਾਰਡਨ ਹੈ। ਮੈਂ ਕਾਫੀ ਕ੍ਰੋਸ ਕਰਿਆ ਜੀ, ਮੈਂ ਵੀਡੀਓ ਦੇਖਦਾ ਸੀ ਐਕਚੁਅਲੀ। ਲਓ ਜੀ, ਆ ਗਏ ਪੈਲੇਸ ਆਫ ਸਾਰਾ ਫੁੱਲ ਹੈ ਇਹਨਾਂ ਦਾ। ਚਲੋ ਤੁਹਾਨੂੰ ਇੱਥੋਂ ਵੈਸੇ ਹੀ ਦਿਖਾ ਦਈਏ ਬਾਹਰੋਂ ਬਿਲਡਿੰਗ। ਵਾਟ ਏ ਬਿਊਟੀਫੁਲ ਪਲੇਸ, ਇਹ ਹੈ ਹਰ ਕੇ ਜਗ੍ਹਾ ਜਿਹਨੂੰ ਕਹਿੰਦੇ। ਲਓ ਜੀ, ਪਹੁੰਚ ਗਏ ਨੋਤਰੇ ਧਾਮ। ਇਹ ਦੇਖੋ ਰਸ਼ ਹੈ ਇੱਥੇ ਦਾ ਪੂਰਾ। ਪੈਰਿਸ ਦੇ ਏਅਰਪੋਰਟ ਤੋਂ ਉਤਰਨ ਤੋਂ ਬਾਅਦ ਤੁਸੀਂ ਜਾ ਸਕਦੇ ਹੋ ਉਬਰ ਜਾਂ ਟੈਕਸੀ ਲੈ ਕੇ ਆਪਣੇ ਹੋਟਲ, ਜਿੱਥੇ ਜਾ ਕੇ ਤੁਸੀਂ ਆਪਣਾ ਪਹਿਲਾਂ ਚੈੱਕ ਇਨ ਕਰੋ। ਉਸ ਤੋਂ ਬਾਅਦ 'ਚੋਂ ਤੁਸੀਂ ਘੁੰਮਣ ਲਈ ਜਾਓ ਆਈਫਿਲ ਟਾਵਰ, ਜਿਹਦਾ ਕਿ ਰਾਤ ਨੂੰ ਵਿਊ ਬਹੁਤ ਹੀ ਸ਼ਾਨਦਾਰ ਹੁੰਦਾ ਹੈ। ਇੱਥੇ ਹਰੇਕ ਘੰਟੇ ਬਾਅਦ ਆਈਫਿਲ ਟਾਵਰ 'ਤੇ ਲਾਈਟਿੰਗ ਸ਼ੋਅ ਹੁੰਦਾ ਹੈ, ਜਿਹਨੂੰ ਤੁਸੀਂ ਫਰੀ ਔਫ ਕੋਸਟ ਦੇ ਕੇ ਇੰਜੋਏ ਕਰ ਸਕਦੇ ਹੋ। ਉਹਦੇ ਨਾਲ ਬਿਲਕੁਲ ਸੈਂਡ ਰਿਵਰ ਹੈ, ਜਿੱਥੇ ਜਾ ਕੇ ਕਿ ਤੁਸੀਂ ਅੱਛਾ ਲਾਈਵ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ ਹੈ, ਉਹਦਾ ਇੰਜੋਏ ਕਰੋ। ਪਬਲਿਕ ਨੂੰ ਦੇਖੋ ਜਿਹੜੇ ਲੋਕ ਉੱਥੇ ਘੁੰਮਦੇ ਹੈ, ਇੱਕ ਤਰ੍ਹਾਂ ਦਾ ਪੂਰਾ ਮੇਲੇ ਵਾਲਾ ਮਾਲ ਬਣਿਆ ਹੁੰਦਾ ਹੈ। ਅਤੇ ਨਾਲ ਸੈਂਡ ਰਿਵਰ 'ਤੇ ਟਰੈਕ ਬਣਿਆ ਹੋਇਆ ਹੈ, ਜਿੱਥੇ ਤੁਸੀਂ ਵਾਕ ਕਰ ਸਕਦੇ ਹੋ। ਨਾਲ ਹੀ ਪਾਣੀ ਦਾ ਨਜ਼ਾਰਾ ਦੇਖੋ, ਅਤੇ ਉੱਥੇ ਲੋਕ ਵੀ ਕਾਫੀ ਇੰਜੋਏ ਕਰਦੇ ਆ, ਤੁਹਾਡਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਹੈ। ਰਾਤ ਨੂੰ ਫਿਰ ਤੁਸੀਂ ਮੈਟਰੋ ਲੈ ਕੇ ਆਪਣੇ ਹੋਟਲ ਵਾਪਿਸ ਆ ਜਾਓ, ਅਤੇ ਨੈਕਸਟ ਡੇ ਨਿਕਲ ਜਾਓ ਫਿਰ ਆਈਫਿਲ ਟਾਵਰ ਕੋਲ ਸੈਂਡ ਰਿਵਰ ਕਰੂਜ਼ ਦਾ ਸਫ਼ਰ ਕਰਨ ਲਈ। ਇਹ ਇੱਥੇ ਕਈ ਤਰ੍ਹਾਂ ਦੀਆਂ ਕਰੂਜ਼ ਚੱਲਦੀਆਂ ਹੈ, ਜਿਹੜੀਆਂ ਕਿ ਤੁਹਾਨੂੰ ਪੈਰਿਸ ਦੀਆਂ ਬਹੁਤ ਵਧੀਆ ਡੈਸਟੀਨੇਸ਼ਨਸ ਰਿਵਰ ਰਾਹੀਂ ਤੁਹਾਨੂੰ ਦਿਖਾਉਂਦੀਆਂ ਨੇ। ਅਤੇ ਤੁਸੀਂ ਇਹ ਘੰਟੇ ਡੇਢ ਘੰਟੇ ਦੀ ਰਾਈਡ ਹੁੰਦੀ ਹੈ ਜੀ ਪ੍ਰੋਪਰ, ਜਿਹੜੇ ਕਿ ਕਰੂਜ਼ ਰਾਹੀਂ ਤੁਹਾਨੂੰ ਵਿਜ਼ਿਟ ਕਰਾਂ। ਉਸ ਤੋਂ ਬਾਅਦ 'ਚੋਂ ਤੁਸੀਂ ਜਾ ਸਕਦੇ ਹੋ ਆਰਕ ਦੇ ਪ੍ਰਿਆਉ, ਬਿਲਕੁਲ ਨਾਲ ਹੀ ਪੈਂਦਾ ਹੈ, ਮੈਟਰੋ ਸਿੱਧੀ ਡਾਇਰੈਕਟ ਜਾਂਦੀ ਹੈ ਉੱਥੋਂ। ਇੱਥੇ ਵੀ ਮਾਹੌਲ ਬਹੁਤ ਹੀ ਦੇਖਣ ਯੋਗ, ਬਹੁਤ ਵਧੀਆ ਹੁੰਦਾ ਹੈ। ਇਹਦੇ ਤੁਸੀਂ ਟੌਪ 'ਤੇ ਜਾ ਕੇ ਪੈਰਿਸ ਦਾ ਕਾਫੀ ਅੱਛਾ ਵਿਊ ਲੈ ਸਕਦੇ ਹੋ। ਫਿਰ ਉਸ ਤੋਂ ਬਾਅਦ ਉੱਥੋਂ ਜਦੋਂ ਤੁਸੀਂ ਫ੍ਰੀ ਹੋ ਜਾਓ ਤਾਂ ਮੈਟਰੋ ਦੁਬਾਰਾ ਲੈ ਕੇ ਚਲੇ ਜਾਓ ਲਗਜ਼ਮਬਰਗ ਗਾਰਡਨ। ਇੱਥੇ ਵੀ ਕਾਫੀ ਸ਼ਾਨਦਾਰ ਗਾਰਡਨ ਹੈ ਪੈਰਿਸ ਦਾ, ਬਹੁਤ ਹੀ ਮਸ਼ਹੂਰ, ਜਿੱਥੇ ਵੀ ਤੁਹਾਨੂੰ ਕਾਫੀ ਪਬਲਿਕ ਮਿਲੇਗੀ ਦੇਖਣ ਨੂੰ, ਫੋਟੋਆਂ ਖਿਚਾਉਣ ਨੂੰ, ਬਹੁਤ ਕੁਛ ਹੈ ਉੱਥੇ। ਅਤੇ ਉੱਥੋਂ ਫਿਰ ਤੁਸੀਂ ਮੈਟਰੋ ਲਓ, ਮੈਟਰੋ ਲੈ ਕੇ ਪਹੁੰਚ ਜਾਓ ਲਵੇਰਾ ਮਿਊਜ਼ੀਅਮ, ਜੋ ਕਿ ਉੱਥੋਂ ਨੇੜੇ ਪੈਂਦਾ ਹੈ। ਇਹ ਸਾਰਾ ਵਾਕਿੰਗ ਡਿਸਟੈਂਸ 'ਤੇ ਹੀ ਹੈ, ਬਟ ਮੈਟਰੋ ਰਾਹੀਂ ਤੁਸੀਂ ਬਹੁਤ ਛੇਤੀ ਪਹੁੰਚ ਜਾਂਦੇ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ। ਉੱਥੇ ਵੀ ਲੋਕ ਕਾਫੀ ਇੰਜੋਏ ਕਰਦੇ ਹੈ, ਤੁਸੀਂ ਲਵੇਰਾ ਮਿਊਜ਼ੀਅਮ ਦੇ ਅੰਦਰ ਵੀ ਜਾ ਸਕਦੇ ਹੋ, ਉਹਦੀ ਟਿਕਟ ਲੱਗਦੀ ਹੈ, ਬਟ ਬਾਹਰ ਵੀ ਮਾਹੌਲ ਬਹੁਤ ਵਧੀਆ ਹੁੰਦਾ ਹੈ। ਰਾਤੀ ਫਿਰ ਹੋਟਲ ਆਓ, ਰੈਸਟ ਕਰੋ, ਮਾਰਨਿੰਗ ਬ੍ਰੇਕਫਾਸਟ ਕਰਕੇ ਨਿਕਲ ਜਾਓ ਪੈਲੇਸ ਆਫ ਵਰਸਾਏ, ਜੋ ਕਿ ਪੈਰਿਸ ਤੋਂ ਥੋੜ੍ਹਾ ਹਟ ਕੇ ਜਗ੍ਹਾ ਹੈ, ਜਿੱਥੇ ਜਾਣ ਲਈ ਤੁਹਾਨੂੰ ਮੈਟਰੋ ਨਹੀਂ ਬਲਕਿ ਟ੍ਰੇਨ ਲੈਣੀ ਪੈਂਦੀ ਹੈ। ਇਹ ਆਈਫਿਲ ਟਾਵਰ ਦੇ ਬਿਲਕੁਲ ਨਾਲ ਹੀ ਰੇਲਵੇ ਸਟੇਸ਼ਨ ਹੈ, ਉੱਥੋਂ ਟ੍ਰੇਨ ਮਿਲ ਜਾਂਦੀ ਹੈ ਨੀਅਰ ਅਬਾਊਟ 40 ਤੁਹਾਨੂੰ ਉੱਥੇ ਪਹੁੰਚਾ ਦਿੰਦੀ ਹੈ। ਉੱਥੋਂ ਵਾਕ ਕਰਕੇ ਤੁਸੀਂ ਅੰਦਰ ਪਹੁੰਚੋ, ਉੱਥੇ ਵੀ ਅੰਦਰ ਜਾਣ ਲਈ ਟਿਕਟ ਲੈਣੀ ਪੈਂਦੀ ਹੈ। ਬਹੁਤ ਵਧੀਆ ਮਾਹੌਲ ਹੈ, ਘੱਟੋ ਘੱਟ ਅੱਧਾ ਦਿਨ ਤੁਸੀਂ ਇੱਥੇ ਕੱਢ ਕੇ ਆਉਣਾ ਇਹਦੇ ਲਈ। ਉਹ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੁਬਾਰੇ ਫਿਰ ਆਈਫਿਲ ਟਾਵਰ ਕੋਲ ਆਓ, ਇੱਕ ਉੱਥੇ ਟੂਰ ਬੱਸ ਦੀ ਸਰਵਿਸ ਹੈ, ਉਹਦਾ ਪਾਸ ਲੈ ਲਓ ਅਵੇਲੇਬਲ ਹੈ, ਉਹ ਤੁਹਾਨੂੰ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਉਤਾਰ ਦਿੰਦੀ ਹੈ। ਹਰੇਕ ਸਟੇਸ਼ਨ 'ਤੇ 10-10 ਮਿੰਟ ਬਾਅਦ ਦੀ ਸਰਵਿਸ ਹੈ, ਤੁਸੀਂ ਇੱਕ ਸਟੇਸ਼ਨ ਤੋਂ ਉਤਰ ਕੇ ਦੂਜੇ ਸਟੇਸ਼ਨ ਬਿਨਾਂ ਕਿਸੇ ਚਾਰਜ ਤੋਂ ਜਦੋਂ ਮਰਜ਼ੀ ਚੱਲ ਜਾਓ।
ਫਿਰ ਉਸ ਤੋਂ ਬਾਅਦ ਜੋ ਤੁਸੀਂ ਮੈਟਰੋ ਲੈ ਕੇ ਚਾਹੇ ਆਪਣੇ ਹੋਟਲ ਜਾਓ, ਰੈਸਟ ਕਰੋ ਅਤੇ ਰਾਤ ਲਈ ਨਿਕਲ ਜਾਓ ਮੋਲੈਨ ਰੂਚ ਕਰਕੇ ਜਗ੍ਹਾ ਉੱਥੇ। ਬੜੀ ਸ਼ਾਨਦਾਰ ਇੱਥੇ ਨਾਈਟ ਸ਼ੋਅ ਹੁੰਦਾ ਹੈ, ਡਾਂਸ ਹੁੰਦਾ ਹੈ, ਬੜਾ ਥੋੜ੍ਹਾ ਮਹਿੰਗਾ ਹੁੰਦਾ ਹੈ ਬਟ ਦੇਖਣਾ ਚਾਹੀਦਾ। ਮੈਂ ਗਿਆ ਸੀ, ਮੈਨੂੰ ਟਿਕਟ ਨਹੀਂ ਮਿਲੀ, ਐਕਚੁਅਲੀ ਮੈਂ ਪ੍ਰੀ ਬੁਕਿੰਗ ਕੋਈ ਨਹੀਂ ਕੀਤੀ ਸੀ ਇਸ ਕਰਕੇ, ਬਟ ਜੋ ਵੀ ਸੀ ਬੜਾ ਸ਼ਾਨਦਾਰ ਸੀ ਰਾਤ ਦਾ ਵਿਊ। ਫਿਰ ਅਸੀਂ ਡਿਨਰ ਕੀਤਾ, ਹੋਟਲ ਆ ਗਏ ਅਤੇ ਨੈਕਸਟ ਡੇ ਨਿਕਲ ਗਏ ਅਸੀਂ ਸੈਂਟਰ ਪੋਂਪੇ ਡੂ ਵੱਲ। ਇਹ ਵੀ ਇੱਕ ਉੱਥੇ ਮਿਊਜ਼ੀਅਮ ਹੈ, ਵਾਕਿੰਗ ਡਿਸਟੈਂਸ 'ਤੇ ਹੀ ਹੈ, ਕਾਫੀ ਨੇੜੇ ਨੇੜੇ ਸਾਰਾ ਕੁਛ ਹੈ। ਇਹਦੇ ਨਾਲ ਤੁਸੀਂ ਪੈਰਿਸ ਦਾ ਬੜਾ ਜਿਹੜਾ ਸਟਰੀਟ ਦਾ ਨਜ਼ਾਰਾ ਲੈਂਦੇ ਹੋ, ਲੋਕਲ ਪਬਲਿਕ ਦਾ ਨਜ਼ਾਰਾ ਦੇਖਦੇ ਹੋ, ਉਹਨਾਂ ਨੂੰ ਕਲਚਰ ਦਾ ਪਤਾ ਲੱਗਦਾ ਹੈ ਜੀ ਸ਼ੋਪਸ ਦਾ। ਅਤੇ ਉਹਦੇ ਨਾਲ ਹੀ ਸੈਂਟ ਚੈਪਲ ਕਰਕੇ ਜਗ੍ਹਾ ਹੈ, ਉੱਥੇ ਗਏ, ਸਾਰੀ ਲਾਈਨ ਉੱਥੇ ਐਂਟਰੀ ਦੀ ਹੈ, ਇਹਨਾਂ ਦੇ ਵੀ ਕਾਫੀ ਰਸ਼ ਹੁੰਦਾ ਇੱਥੇ ਵੀ, ਬਟ ਅਸੀਂ ਸਿਰਫ ਵਾਕਿੰਗ ਡਿਸਟੈਂਸ ਸੀ ਇਹਨਾਂ ਨੂੰ ਕਵਰ ਕਰ ਰਹੇ ਸੀ, ਅਤੇ ਇੱਥੋਂ ਵੀ ਵਾਕ ਕਰਦੇ ਕਰਦੇ ਅਸੀਂ ਥੋੜ੍ਹਾ ਅੱਗੇ ਵੱਲ ਚੱਲ ਪਏ, ਜਿੱਥੇ ਕਿ ਸਾਨੂੰ ਰਾਸਤੇ ਵਿੱਚ ਕਾਫੀ ਰੈਸਟੋਰੈਂਟ ਵਗੈਰਾ ਮਿਲੇ। ਇੱਥੇ ਤੁਸੀਂ ਬੈਠ ਕੇ ਫੂਡ ਇੰਜੋਏ ਕਰੋ ਆਪਣਾ, ਲੋਕਲ ਇਹਨਾਂ ਦਾ ਜੋ ਵੀ ਹੈਗਾ ਪੀਜ਼ਾ ਵਗੈਰਾ, ਉਹ ਤੁਸੀਂ ਬੜਾ ਵਧੀਆ ਤਰੀਕੇ ਨਾਲ ਬੈਠ ਕੇ ਇੰਜੋਏ ਕਰ ਸਕਦੇ ਹੋ ਇੱਕ ਬਹੁਤ ਹੀ ਸ਼ਾਨਦਾਰ ਵਿਊ ਦੇ ਨਾਲ। ਕਈ ਰੈਸਟੋਰੈਂਟ ਤਾਂ ਮੈਨੂੰ ਉੱਥੇ ਪੰਜਾਬੀ ਬੰਦੇ ਵੀ ਮਿਲੇ, ਆਪਣੇ ਲੋਕਲ ਇੱਥੇ ਦੇ ਪਾਕਿਸਤਾਨ ਤੋਂ ਪੰਜਾਬ ਤੋਂ, ਉਹਨਾਂ ਨਾਲ ਗੱਲਬਾਤ ਕੀਤੀ। ਚਲੋ ਮਜ਼ਾ ਆਇਆ ਜੋ ਵੀ ਸੀਗਾ, ਫਾਈਨ। ਇਹ ਪੁੱਛਦੇ ਕੋਈ ਚਿੰਤਾ ਤਾਂ ਨਹੀਂ? ਥੈਂਕ ਯੂ। ਓਕੇ, ਤੁਸੀਂ ਕਿੱਥੋਂ? ਪੰਜਾਬ। ਅੱਛਾ, ਪੰਜਾਬ ਤੋਂ ਹੀ? ਲਾਹੌਰ, ਪੰਜਾਬ। ਵਧੀਆ। ਸ਼ਾਮ ਨੂੰ ਤੁਸੀਂ ਮੈਟਰੋ ਲੈ ਕੇ ਚਲੇ ਜਾਓ ਮੌਂਟ ਮਾਤਰੇ ਜਗ੍ਹਾ, ਉਹ ਕਾਫੀ ਉੱਚੇ ਤੇ ਉਚਾਈ ਤੇ ਪੈਰਿਸ 'ਚ। ਇੱਥੋਂ ਪੈਰਿਸ ਦਾ ਵਿਊ ਤੁਸੀਂ ਸੋਚ ਨਹੀਂ ਸਕਦੇ, ਇੰਨਾ ਸ਼ਾਨਦਾਰ ਹੈ ਅਤੇ ਏਰੀਆ ਵੀ ਠੰਡਾ ਹੁੰਦਾ ਉੱਥੇ, ਕਿਉਂਕਿ ਉੱਪਰ ਚਲੇਗਾ ਥੋੜ੍ਹਾ ਜਿਹਾ। ਬਹੁਤ ਹੀ ਦੁਨੀਆ ਉੱਥੇ, ਬਹੁਤ ਰਸ਼ ਹੁੰਦਾ ਹੈ, ਬਹੁਤ ਹੀ ਜ਼ਿਆਦਾ। ਇਹ ਸਾਰਾ ਵਿਊ ਦੇਖੋ ਦੂਰ ਤੋਂ ਪੂਰਾ, ਜੇ ਤੁਸੀਂ ਰਾਤ ਨੂੰ ਦੇਖੋਗੇ ਤਾਂ ਲਾਈਟਿੰਗ ਹੀ ਲਾਈਟਿੰਗ, ਕਿਉਂਕਿ ਸਿਟੀ ਆਫ ਲਾਈਟਸ ਵੀ ਕਹਿੰਦੇ ਹਾਂ ਪੈਰਿਸ ਨੂੰ। ਤਾਂ ਇੱਥੇ ਜ਼ਰੂਰ ਤੁਸੀਂ ਈਵਨਿੰਗ ਟਾਈਮ ਵਿਜ਼ਿਟ ਕਰਨਾ ਹੈ। ਨਾਲੇ ਸੈਕਰ ਕਿਊਰ ਕਰਕੇ ਜਗ੍ਹਾ ਹੈ ਜੀ, ਉੱਥੇ ਵੀ ਬੜਾ, ਇਹ ਦੇਖੋ ਲੋਕ ਬੈਠੇ ਕਿਵੇਂ ਆਪਣਾ ਇੰਜੋਏ ਕਰਦੇ ਹੋਏ ਇੱਥੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਇੱਥੇ ਟਾਈਮ ਕਿਵੇਂ ਸਪੈਂਡ ਹੁੰਦਾ ਕਿਵੇਂ ਨਹੀਂ। ਆ ਇੱਥੇ ਸਾਈਡ 'ਤੇ ਲੋਕ ਆਪਣੇ ਪਿਆਰ ਦੀ ਨਿਸ਼ਾਨੀ ਦੇ ਲਈ ਕੁਛ ਲੋਕ ਵਗੈਰਾ ਲਾ ਕੇ ਵੀ ਚਲੇ ਜਾਂਦੇ ਹੈ, ਕਾਫੀ ਦੁਨੀਆ ਇੱਥੇ। ਮੈਨੂੰ ਵਾਕਈ ਬੜਾ ਮਜ਼ਾ ਆਇਆ ਇਹ ਦੇਖਣ ਨੂੰ। ਇਹ ਤੁਸੀਂ ਜੇ ਪੈਰਿਸ ਆਏ ਕਦੇ ਮਿਸ ਨਹੀਂ ਕਰਨੀ, ਮੌਤ ਮਾਤਰੇ ਸੈਕਰ ਕਿਊਰ ਇਕੱਠਾ ਹੀ ਹੈ ਦੋਨੋਂ, ਇੱਕ ਇੱਕ ਨਾਲੇ ਨਾਲ ਬਿਲਕੁਲ ਹੈ ਕੋਈ ਇਹਦੇ ਲਈ। ਪਰ ਤੁਹਾਨੂੰ ਥੋੜ੍ਹਾ ਪਹਾੜ ਵਗੈਰਾ ਉੱਪਰ ਥੋੜ੍ਹਾ ਸਟੇਅਰਸ ਵਗੈਰਾ ਚੜ੍ਹਨੀਆਂ ਪੈਂਦੀਆਂ ਆਉਣ ਲਈ, ਇਹਦੀ ਵੀ ਫੈਸਿਲਿਟੀ ਹੈਗੀ ਇੱਥੇ, ਜਿਹਨਾਂ ਦੇ ਕੋਈ ਨਹੀਂ ਇਹਨਾਂ ਦਾ ਕੇਬਲ ਕਾਰਸ ਵੀ ਹੈ ਨਾਲ ਅਵੇਲੇਬਲ ਇੱਥੇ ਫੈਸਿਲਿਟੀ ਪੂਰੀ। ਬਟ ਇਹ ਜਗ੍ਹਾ ਕਦੇ ਵੀ ਮਿਸ ਨਹੀਂ ਕਰਨੀ ਪੈਰਿਸ ਦੇ ਵਿੱਚ, ਥੋੜ੍ਹੀ ਜਿਹੀ ਹਟਕੇ ਜ਼ਰੂਰ ਪੈਂਦੀ ਹੈ ਬਟ ਮੈਟਰੋ ਆਉਂਦੀ ਹੈ ਪ੍ਰੋਪਰ ਬਿਲਕੁਲ ਸਟੇਸ਼ਨਾਂ 'ਤੇ, ਕੋਈ ਜ਼ਿਆਦਾ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਬੜੇ ਦੂਰ ਆ ਗਏ ਜਾਂ ਤੁਸੀਂ ਕੀ ਕਿੱਥੇ ਆ ਗਏ ਕਿੱਥੇ ਨਹੀਂ, ਕੋਈ ਨਹੀਂ, ਐਨ ਸ਼ਾਨਦਾਰ। ਜੇ ਤੁਸੀਂ ਪੈਰਿਸ ਆਏ ਤਾਂ ਇਹੋ ਜਿਹੀ ਜਗ੍ਹਾ ਨਹੀਂ ਦੇਖੀਆਂ ਤਾਂ ਫਿਰ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ। ਇਹੀ ਕੁਝ ਡੈਸਟੀਨੇਸ਼ਨ ਜਿਹੜੇ ਤੁਹਾਨੂੰ 3-4 ਦਿਨ ਦੇ ਅੰਦਰ ਅੰਦਰ ਤੁਸੀਂ ਕਵਰ ਕਰ ਸਕਦੇ ਆ ਪੈਰਿਸ ਦੇ ਵਿੱਚ। ਇਹ ਦੇਖੋ ਇਹ ਲੋਕ ਸਾਰੇ ਤੁਹਾਨੂੰ ਪੂਰੇ ਲੋਕ ਲੱਗਣਗੇ, ਇਹ ਲੋਕਾਂ ਨੇ ਆਪਣੇ ਕੋਈ ਪਿਆਰ ਦੀ ਨਿਸ਼ਾਨੀ ਕਰਕੇ ਕਹਿੰਦੇ ਐਵੇਂ ਜਿਹੜਾ ਆ ਕੇ ਲਾ ਜਾਂਦੇ ਆ ਜੀ ਕੋਈ ਦੋ ਮੁੰਡੇ ਕੁੜੀਆਂ, ਤਾਂ ਕਾਫੀ ਮਸ਼ਹੂਰ ਹੈ ਇੱਥੇ ਇਹ। ਅਤੇ ਫਿਰ ਅਸੀਂ ਤੁਸੀਂ ਇੱਥੋਂ ਮੈਟਰੋ ਲਓ ਦੁਬਾਰੇ ਚਲੇ ਜਾਓ ਸਿੱਧੀ ਉਤਰੇ ਦਾਮ ਕਰਕੇ, ਉੱਥੇ ਜਗ੍ਹਾ ਹੈ ਜੀ। ਇੱਥੇ ਵੀ ਕਾਫੀ ਰਸ਼ ਹੁੰਦਾ ਹੈ, ਕਾਫੀ ਪਬਲਿਕ ਹੁੰਦੀ ਹੈ। ਮੇਨ ਤਾਂ ਇਹੀ ਚੀਜ਼ਾਂ ਹੈ ਜਿਹੜੀਆਂ ਪੈਰਿਸ 'ਚ ਤੁਸੀਂ ਐਕਸਪਲੋਰ ਕਰ ਸਕਦੇ ਹੋ, ਦੇਖ ਸਕਦੇ ਹੋ ਬੜੇ ਵਧੀਆ ਤਰੀਕੇ ਨਾਲ। ਦੇਖੋ ਦੁਨੀਆ ਬੜੇ ਦੂਰੋਂ ਦੂਰੋਂ ਟੂਰਿਸਟ ਆਉਂਦੇ ਆ ਇੱਥੇ ਸਾਰੇ, ਇਸ ਕਰਕੇ ਤਾਂ 3-4 ਦਿਨ ਦੇ ਅੰਦਰ ਅੰਦਰ ਤੁਸੀਂ ਕਵਰ ਕਰ ਸਕਦੇ ਹੋ ਇੰਨੀਆਂ ਜਿੰਨੀ ਵੀ ਤੁਹਾਨੂੰ ਮੈਂ ਦਿਖਾਈਆਂ ਪਲੇਸਿਸ ਇੱਥੇ। ਅਤੇ ਮਿਨੀਮਮ 3-4 ਦਿਨ, ਚਲੋ ਹੱਥ 5 ਦਿਨ ਲਾ ਲਓ, ਇਸ ਤੋਂ ਬਾਅਦ ਜੇ ਤੁਸੀਂ ਅੰਦਰ ਜਾ ਕੇ ਵੀ ਪੂਰਾ ਇੰਜੋਏ ਕਰਨਾ ਉਹਨੂੰ ਤਾਂ। ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਸੀ ਯੂ, ਟੇਕ ਕੇਅਰ, ਗੋਡ ਬਲੈਸ ਯੂ ਆਲ ਆਫ ਯੂ, ਥੈਂਕ ਯੂ।